ਕੀ ਹੈ ਹਾਂ ਇਹ ਵਾ ਕਿੱਥੇ ਭਈਆ ਓਏ ਇੱਕ ਤਾਂ ਦੇ ਇੱਕ ਤਾਂ ਦੇ ਥੱਪੜ ਹੇ ਗਾਇਸ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਸਾਰਿਆਂ ਨੂੰ ਮੇਰੇ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ ਸੋ ਅੱਜ ਦਾ ਵਲੌਗ ਤੁਹਾਨੂੰ ਨਾ ਪਤਾ ਹੀ ਆ ਕਿਤੇ 'ਤੇ ਬੇਸਡ ਹੋਊਗਾ ਯਾਰਾਂ ਦੋਸਤਾਂ ਨਾਲ ਬਸੰਤ ਪੰਚਮੀ ਮਨਾਉਣ ਦਾ ਪ੍ਰੋਗਰਾਮ ਬਣਿਆ ਪਿਆ ਸੋ ਹੋਪ ਕਰਨਾ ਤੁਹਾਨੂੰ ਸਾਰਿਆਂ ਨੂੰ ਵਲੌਗ ਪਸੰਦ ਆਊਗਾ ਅਤੇ ਜੇ ਵਲੌਗ ਪਸੰਦ ਆਊਗਾ ਨਾ ਲਾਈਕ ਮੈਂ ਸ਼ੇਅਰ ਕਰ ਦਿਓ ਅਤੇ ਯਾਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇੱਦਾਂ ਹੀ ਬਿਨਾਂ ਨਹਾਤੇ ਧੋਤੇ ਯਾਰ ਮੈਂ ਨਾ ਛੱਤ ਚੜ੍ਹ ਗਿਆ ਵਾਂ ਲੋਕ ਦੁੱਖੀ ਜਾਂਦੇ ਕਹਿੰਦੇ ਸਾਲਾ ਬਿਨਾਂ ਨਹਾਤੇ ਧੋਤੇ ਉੱਪਰ ਚੜ੍ਹ ਗਿਆ ਵਾ ਅਤੇ ਮਾਹੌਲ ਚੱਲਦਾ ਵਧੀਆ ਲੱਗਦਾ ਪਿਆ ਬਾਕੀ ਦੇਖਦੇ ਹਾਂ ਹੁਣ ਬਸੰਤ ਮਨਾਉਣੀ ਕਿਹਦੇ ਵੱਲ ਆ ਜਾਂ ਮੇਰੇ ਵੱਲ ਮਨਾਵਾਂਗੇ ਅਤੇ ਜਾਂ ਮਨਾਵਾਂਗੇ ਆਪਾਂ ਮਿਥਲ ਵੱਲ ਸੋ ਗਾਇਸ ਫਾਈਨਲੀ ਮੈਂ ਨਹਾ ਧੋ ਕੇ ਹੋ ਗਿਆ ਸੀਗਾ ਰੈਡੀ ਹੁਣ ਆਪ ਤਾਂ ਆਪਾਂ ਰੈਡੀ ਹੋ ਗਏ ਆਪਾਂ ਬੁਲਟ ਵੀ ਚਮਕਾ ਲਈਏ ਕਿ ਫਟਾਫਟ ਨਾ ਨਿਕਲੀਏ ਮਿਥਲ ਦੇ ਘਰ ਨੂੰ ਕਿਉਂਕਿ ਸਾਰੇ ਜਣੇ ਉੱਥੇ ਪਹੁੰਚ ਗਏ ਅਤੇ ਮੈਨੂੰ ਕੱਢ ਰਹੇ ਗੰਦੀਆਂ ਗੰਦੀਆਂ ਗਾਲਾਂ ਜਿਹੜੀਆਂ ਕਿ ਮੈਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਸਾਰੇ ਦੀਆਂ ਗਾਲਾਂ ਸੁਣਨ ਤੋਂ ਪਹਿਲਾਂ ਪਲੀਜ਼ ਆਪਾਂ ਉਹਦੇ ਘਰ ਤੱਕ ਪਹੁੰਚਦੇ ਹਾਂ ਤੁਸੀਂ ਜਾ ਕੇ ਤੁਹਾਨੂੰ ਮਿਲਦੇ ਹਾਂ ਲੈ ਵੀ ਕਹਿੰਦੇ ਯਾਰ ਹੁਣੀ ਆ ਗਏ ਮਾਜਨਾ ਦੀ ਕੋਠੀ ਉੱਪਰ ਜਾ ਕੇ ਤੁਹਾਨੂੰ ਮਿਲਾਉਂਦੇ ਸਾਰਿਆਂ ਨਾਲ ਉੱਪਰ ਹੀ ਸਾਰੇ ਵਿਹਲੇ ਇਕੱਠੇ ਹੋਏ ਫਿਰਦੇ ਅੱਜ ਹਾਂਜੀ ਆ ਫੜੀ ਤੇਰਾ ਕਿੱਦਾਂ ਪਲੇਟਾਂ ਪਲੇਟਾਂ ਨਹੀਂ ਮਿਲੀਆਂ ਸਾਲੇ ਖਾਣਾ ਕਿੱਦਾਂ ਮਿਥਲ ਥੱਲੋਂ ਲਿਆਊਗਾ ਥੱਲੋਂ ਮਿਲਦੀਆਂ ਨੀ ਪਲੇਟਾਂ ਹਾਂਜੀ ਗੁਪਤਾ ਸਾਹਿਬ ਠੀਕ ਹੋ ਕਿੱਦਾਂ ਉਹ ਮੁੰਡੇ ਦੇ ਚਿਹਰੇ 'ਤੇ ਗਲੋ ਹੀ ਬੜਾ ਵਾ ਕਿੱਦਾਂ ਥੋੜਾ ਕੰਮ ਕਰਦਾ ਪਿਆ ਸੀਗਾ ਆਪਣੇ ਵਰਗੀ ਪਤੰਗ ਉਡਾ ਦੂ ਕੋਈ ਕਾਲੀ ਕਾਲੀ ਹਾਂ ਵੀ ਮਾਜਰਾ ਲੱਗੇ ਵੇ ਫਿਰ ਏਡਾ ਲੋਅਰ ਸਰਕਟ ਉਹ ਕਿੱਥੇ ਆ ਗੱਲਬਾਤ ਰੁਕ ਜਾ ਭਰਾ ਉਹਨਾਂ ਨੂੰ ਧੰਨ ਦਿਲ ਮਾਇਆ ਨੇ ਤਾਂ ਗੁੱਡੀ ਚੜਾ ਦੀ ਆਪਣੀ ਉੱਪਰ ਹਾਂਜੀ ਮਾਇਆ ਸਾਹਿਬ ਚੜਾ ਦੀ ਉੱਪਰ ਉਹ ਲੱਗੀ ਮਾਇਆ ਦੀ ਗੱਡੀ ਆ ਇਹ ਗਾਇਸ ਕਹਿੰਦੇ 1200 ਦੀਆਂ ਪਤੰਗਾਂ ਵਾ ਮੈਨੂੰ ਨਹੀਂ ਲੱਗਦੀਆਂ ਇੰਨੀਆਂ ਮਹਿੰਗੀਆਂ ਪਤੰਗਾਂ 1200 ਦੀਆਂ ਪਤੰਗਾਂ What the fuck is this man? What the fuck is this? ਓਏ ਜਿਵਾਸ਼ ਨੂੰ ਖਿੱਚ ਮਾਰ ਦੇ ਜਿਵਾਸ਼ ਨੂੰ ਜਿਹਨੂੰ ਮਰਜ਼ੀ ਮਾਰ ਦੇ ਕੀ ਹਟ ਗਿਆ ਅੱਛਾ ਡੋਰ ਹਟ ਗਈ ਲੈ 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 ਥੱਲੇ ਕਰਦੀ ਪਤੰਗ ਆਏ ਹਾਏ ਉਹਦੀ ਗਰਦਨ ਨਾ ਵੜਦੀ ਭਰਾਵਾ ਤੂੰ ਹਾਏ ਹਾਏ ਤੇਰੀ ਗਈ ਆਏ ਹਾਏ ਤੇਰੀ ਗਈ ਕੀ ਹੈ ਪਾਗਲ ਤੂੰ ਕੀ ਕਰਦਾ ਵਾ ਬੰਦਾ ਗਲਵਾਤਾ ਵਾ ਤੂੰ ਰਿਸ਼ਵ ਚੈੱਕ ਨੀ ਕੀਤਾ ਮਿਥਲ ਗੱਲ ਪਿਆ ਕਿੱਦਾਂ ਵਾਹ 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 ਫਾਲਤੂ ਪੰਗੜਾ ਲੈ ਵਧਾ ਲੈਂਦੇ ਉਹਨੂੰ
ਜੀ ਗਈ ਬੋ 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 ਕਿਹਦੇ ਕੋ ਆਉਂਦੀ ਕਹਿੰਦਾ ਤੇ ਬੋ ਆਉਂਦੀ ਵੀ ਆ ਭਈਆ ਮਜ਼ਾ ਆ ਗਿਆ ਇੱਦਾਂ ਦਾ ਕਿਹੜਾ ਮਜ਼ਾ ਆ ਗਿਆ ਸਾਡਾ ਭਾਰੀ ਬੜੀ ਕੀਤੀ ਤੁਸੀਂ ਕਿੱਦਾਂ ਚੱਲ ਗਈ ਏਦਾਂ ਨੀ ਚੀਕ ਮਾਰੀ ਹੁੰਦੀ ਖਾਤਾ ਖੋਲ ਗਿਆ ਬਿਸਲ ਦਾ ਭਰਾ ਤੂੰ ਵੀ ਬਤਾ ਲਾ ਠੀਕ ਆ ਤੇਰੀ ਵੀ ਗਈ ਚੱਲ ਕੋਈ ਗੱਲ ਨੀ ਕੋਈ ਗੱਲ ਨੀ ਨਹੀਂ ਕਲਪੀ ਤਾਂ ਹੁੰਦਾ ਆਉਂਦੀ ਜਾਂਦੀ ਰਹਿੰਦੀ ਆ ਉਹਦੇ ਕਦੇ ਸੋਹਣਾ ਧੁੱਪ ਦਿਲ ਸ਼ਿਕਾਰ ਚ ਨੀ ਦਿਖਦਾ ਪਿਆ ਪਿੱਛੇ ਪਤੰਗਾ ਬਹੁਤ ਆ ਹੈਨਾ ਬਰਾਨਾ ਪਿਆ ਉਹੀ ਸ਼ਿਵਮ ਧਿਆਨ ਨਾਲ ਆ ਕੀ ਕਰੀ ਆਹ ਦੇਖੋ ਸ਼ਿਵਮ ਦਾ ਪਿੰਨਾ ਪਿੰਨਾ ਆ ਤੇਰੇ ਪਿੰਨਾ ਘੱਟ ਲੜਾ ਪਿੰਨਾ ਨੇ ਆਣ ਨਾਲ ਹਾਂਜੀ ਠੀਕ ਆ ਭਰਾ ਪਿੰਨਾ ਦੇ ਹੱਸ ਆਈ ਜਾਂਦਾ ਮੈਨੂੰ ਇੱਧਰ ਪਿੰਨਾ ਸਾਲੇ ਛੇਵੀਂ ਕਲਾਸ ਵਧਾਉਂਦਾ ਸੀ ਮੈਂ 500 ਰੁਪਏ ਦਾ ਬਣਵਾਇਆ ਵਾ ਪਿੰਨਾ ਬਣਵਾਇਆ ਵਾ ਸਾਈਂਦਾਸ ਦੇ ਕੋਲ ਬੰਦੇ ਨਾ ਉੱਥੇ ਬਣਵਾਇਆ ਹੋਣਾ ਤੇਰਾ ਤਾਂ ਕੰਪੀਟੀਸ਼ਨ ਸੀਗਾ ਅੱਜ ਤੂੰ ਗਿਆ ਨੀ ਕਿੰਨਾ ਦਾ ਪੈ ਗਿਆ ਕੱਟੂ ਮੇਰੀ ਗੱਲ ਸੁਣ ਕੋਈ ਚਾਹੀਦਾ ਡੰਡਾ ਬਾਹਰ ਦੇ ਵਿੱਚ ਚੱਲ ਸ਼ਿਵ ਸਾਲਾ ਆਪਣੇ ਬੰਦੇ ਨੀ ਵੱਢੀ ਜਾਂਦਾ ਵਾ ਚੱਲ ਹੋ ਗਈ ਨਾ ਬਗਚੌਂਦੀ ਭਰ ਗਈ ਨਾ ਭਰਾ ਪਸੰਦ ਆ ਜਿਹੜਾ ਚਿਕਨ ਖਾਣਾ ਸ਼ਰਮ ਕਰ ਸਾਡੇ ਤਾਂ ਕੋਈ ਨੀ ਖਾਂਦਾ ਤੂੰ ਖਾਣਾ ਵਾ ਭਰਾ ਇਕੱਲਾ ਖਾਣਾ ਆਪਾਂ ਨੀ ਖਾਈਦਾ ਕੀ ਹੋ ਗਿਆ ਭਰਾ ਪੇਟ ਪੂਜਾ ਕਰ ਲਈ ਆ ਧੁੱਪ ਚ ਵੀ ਨੀ ਦਿਖਦਾ ਵਾ ਤੂੰ ਤਾਂ ਖਾਧੀ ਠੀਕ ਆ ਰੋਟੀ ਖਾ ਕੇ ਫਟਾਫਟ ਮਿਹਨਤ ਵੀ ਦਿੱਤਾ ਵਾ ਆ ਚੱਕਰ ਕੀ ਆ ਆਏ ਹਾਏ ਕਾਲੂ ਦੇ ਘਰ ਗਈ ਆਏ ਹਾਏ ਉਹ ਚੱਲ ਆਏ ਹਾਏ ਹਾਏ ਲਾ ਕੇ ਦੇਖ ਲੈ ਰਿਸ਼ਾ ਵੀ ਸੁਣਦਾ ਰਹਾ ਇੱਦਾਂ ਦੇ ਗਾਣੇ ਵੈਸੇ ਯਾਰ ਮੈਨੂੰ ਤਾਂ ਸ਼ੌਂਕ ਹੈ ਨਹੀਂ ਨਾ ਪਤੰਗ ਬਾਜ਼ੀ ਉਡਾਉਣ ਦਾ ਉੱਧਰ ਹੀ ਆ ਗਏ ਫੰਕਸ਼ਨ ਕਰਨ ਆਪਾਂ ਇੱਕ ਅੱਧੀ ਵਧਾਈ ਸੀ ਉਹ ਨਾਲ ਹੀ ਕੱਟੀ ਗਈ ਮੇਰੀ ਚੱਕ ਲੋ 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 ਚੱ
ਤੇ ਖਿੱਚ ਮਾਰਦੇ ਨੂੰ ਵੱਡੇ ਗੁੱਡੇ ਨੂੰ ਮਾਰਦੇ 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 ਗਾਇਸ ਆਪਾਂ ਵੱਡਾ ਗੁੱਡਾ ਵੱਢ ਦੇਣਾ ਵਾ ਜਿਵਾਂ ਉਹ ਹੋਲੀ ਪੀਲੀ ਵਾਲੀ ਆ ਵੜਦੇ 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 ਵਾਖਿਆ ਪੋਜ਼ ਆ ਮੁੰਡੇ ਦਾ ਉਹ ਸਾਰਾ ਛੱਡ ਦੇ ਵਧਾ ਦੇ ਇੱਧੇ ਵਧਾ ਦੇ ਕੋਈ ਨਹੀਂ ਤੇਰੀ ਨਾ ਵੱਡੀ ਜਾਵੇ ਪਿਛਲਾ ਕੇ ਪਿੱਛਾ ਆਪਣੀ ਵੱਡੀ ਚੰਗੀ ਨੀ ਲੱਗਦੀ ਬਹੁਤ ਹੋ ਗਈ ਗੱਲ ਸੁਣ ਬੜਾ ਕਾਲਾ ਹੋ ਗਿਆ ਸਾਲਿਆ ਤੂੰ ਸਾਲਿਆ ਧੁੱਪ ਚ ਨਾ ਫਿਰਿਆ ਕਰ ਨਾ ਪਤੰਗਾ ਲੁੱਟਿਆ ਕਰ ਬਈਆ ਵਾਂਗੂ ਕਿੱਥੇ ਲੱਗੀ ਆ ਆ ਯੈਲੋ ਨੀ ਆਪਣੇ ਵਰਗੀ ਖੱਟੀ ਪਤੰਗ ਵਧਾਈ ਮਾਮਾ ਪਾਣੀ ਲੈਣ ਗਿਆ ਕੀ ਕਰਨ ਗਿਆ ਵਾ ਥੱਲੇ ਇਸੇ ਤਰ੍ਹਾਂ ਮਾਹੌਲ ਸਾਰਾ ਕੋਈ ਆਸੇ ਪਾਸੇ ਪਤੰਗਾਂ ਦਾ ਕਾਫੀ ਵਿਹਲਾ ਹੈਗਾ ਬਟ ਉਹ ਮਾਹੌਲ ਚਾਹ ਨਹੀਂ ਦੇ ਜਿਹੜੇ ਛੋਟੇ ਹੁੰਦੇ ਹੁੰਦੇ ਸੀਗੇ ਉਹ ਆਉਂਦੀ ਵੀ ਇੱਕ ਉਹ ਵੜਲਾ ਫੜੀ ਜਾਂਦੀ ਤਾਂ ਇਹਦੀ ਪਿੱਛੇ ਜਿਹੜਾ ਭਈਆ ਮਾਂ ਹੀ ਵਾ ਕਿੱਥੇ ਆ ਭਈਆ ਛੱਡ ਰੋਡ ਛੱਡ ਥੱਲੇ ਆ ਜਾ ਰਹੇ ਛੱਡ ਦੇ ਖੰਡੂ ਲਾਉਂ ਜਿਹਾ ਮਜ਼ਾਕ ਕਰਦਾ ਮੈਂ ਕਿਹੜਾ ਕੁਛ ਕਹਿਣ ਲੱਗਾ ਹਾਂ ਭਰਾ ਆਪਾਂ ਵੀ ਬਦਮਾਸ਼ੀ ਕਰ ਕੇ ਪਤੀ ਜਾਣੀ ਯਾਰ ਬੈਗ ਰੱਖ ਲੈ ਲੋੜੇ ਰੱਖ ਦੇ ਓਏ ਉਹਦੇ ਖੱਜੀ ਤੋਂ ਪਿੱਛੇ ਹੋ ਓਏ ਸ਼ਿਗੋ ਮਨਾਲ ਦੇਖ ਕਿੱਥੇ ਟਿੱਕੀ ਆ ਜੀ ਆ ਨਹੀਂ ਥੱਲੇ ਚੱਲ ਮਾਰਦਾ ਹੁਣ ਲੰਘ ਗਈ ਉਹ ਡੋਰ ਲੰਘ ਗਈ ਤੇ ਫੜਦੀ ਕਿ ਨਹੀਂ ਫਿਰ guys new look guys ana moment yaar ਇਹਦੇ ਆਪਣੀ ਗੁੜੀਆ ਤਲਾਵਾਂ ਪਾਉਣ ਦੀ ਲੋੜ ਨਹੀਂ ਆਈ ਜਾਂਦੀਆਂ ਪਿੱਛੋਂ ਆਈ ਜਾਂਦੀਆਂ ਵਾ ਇਹ ਕੋਪਰੋ ਵੀ ਆਂਦੀ ਵੀ ਉਹ ਦੇਖੋ ਲਾਲ ਵਾਲੀ ਕੀ ਆਈ ਦੁਖੀ ਹੋ ਗਿਆ ਹਾਂ ਕੈਮਰਾ ਮੁੰਡ ਲੈ ਕੇ ਦੋ ਮਿੰਟ ਹੋ ਗਏ ਅੱਖ ਜਮਾ ਗੁੱਡੀ ਲੱਗੀ ਗਈ ਪਤੰਗਾ ਦਾ ਆਨ ਚੱਲ ਲੱਗਿਆ ਹੋਇਆ ਕਾਲੂ ਦੀ ਪਤੰਗਾ ਵੱਡੀਆਂ ਜਾਂਦੀਆਂ ਮੈਂ ਲਗਾਤਾਰ ਵਿਚਾਰੇ ਨੇ ਦੋ ਪਤੰਗਾ ਵੱਡੀਆਂ ਨਾਲ ਫਿਰ ਤੀਜੀ ਵਾਰੀ ਇਹਦੀ ਗਈ ਆਜਾ ਆਜਾ ਤੇ ਕਹਿੰਦੇ ਮੁੰਡੇ ਤਿਆਰੀ ਕਰਨ ਲੱਗੇ ਚਿਕਨ ਸ਼ਿਕਨ ਦੀ ਅੱਜ ਬਣਾਵਾਂਗੇ ਚਿਕਨ ਕਿਹੜਾ ਚਿਕਨ ਖਵਾਉਣ ਲੱਗਾ ਫਿਰ ਲੈਮਨ ਚਿਕਨ ਕਿੱਥੇ ਪਈ ਹੈ ਸੋ ਗਾਇਸ ਨੂੰ ਮੰਜੀ ਚੱਕ ਕੇ ਉੱਪਰ ਲੈ ਜਾਈਏ ਛੋਟੀ ਜਿਹੀ ਚੱਕ ਲਾ ਇੱਥੇ ਪੈਣਾ ਚੱਲ ਉੱਪਰ ਚੱਲਦੇ ਹਾਂ ਉੱਪਰ ਲੈ ਜਾਂਦੇ ਚੱਲ ਸੋ ਗਾਇਸ ਉੱਪਰ ਜਾ ਕੇ ਮਿਲਦੇ ਹਾਂ ਜਰਾ ਮੰਜੀ ਚੱਕ ਲਈਏ ਮੰਜੀ ਚੱਕ ਕੇ ਉੱਪਰ ਪਹੁੰਚਾ ਦਈਏ ਸੋ ਗਾਇਸ ਇੱਥੇ ਪਲਾਨ ਹੁੰਦਾ ਵਾ ਜ਼ੋਮੈਟੋ ਵਾਲਾ ਲੁੱਟਣ ਦਾ ਸਾਲਿਆ ਇਹ ਨਾ ਵਿੱਚ ਕੁਝ ਨਹੀਂ ਹੁੰਦਾ ਸਕੀਮ ਇਹ ਦਾ ਹੀ ਸਕੀਮ ਦੱਸਦੇ ਹੈ ਰਹਿੰਦੇ ਨਹੀਂ ਨਹੀਂ ਸਕੀਮ ਨਾ ਆਨ ਦੋ ਨਹੀਂ ਦੱਸਦੇ ਆਨ ਦੋ ਫਿਰ ਦੱਸਾਂਗੇ ਤੁਹਾਨੂੰ ਜੇ ਸਕਸੈਸਫੁਲ ਹੋ ਜਾਵੇ ਈ ਵੱਡੇ ਭਾਈ ਹਾਂਜੀ ਜੀ ਢੀਗੋ ਚੱਲ ਜਾ ਲੋਲੇ ਲੈਣ ਕੋ ਲੋਲੇ ਦੇ ਉੱਪਰ ਲੈ ਉੱਪਰ ਬਣਾਵਾ ਤੋੜੀ ਮੈਂ ਕੁਝ ਆਣ ਨਹੀਂ ਆ ਤੋ ਕੋਈ ਗੱਲ ਨਹੀਂ ਚਿਕਨ ਆਰਾਮ ਨਾਲ ਖਾਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਜਿਹੜਾ ਬੋਲਦੇ ਬੋਲੀ ਜਾਣ ਦੋ ਬਸ ਦਿਓ ਲੱਤ ਲੱਗਦੀ ਹੈ ਖਾਣੀ ਆ ਐ ਲੈ ਲੱਤ ਖਾ ਲਈਏ ਛੋਟਾ ਲੱਗ ਪਿਛਾ ਬੜਾ ਐ ਤੂੰ ਇੱਧਰ ਤੇ ਆ ਦੇਖ ਤੂੰ ਸਹੀ ਇੱਧਰ ਤੇ ਆ ਪਰਿਸ਼ਨ ਨੂੰ ਖਵਾ ਦੋ ਪਿਛੇ ਦੇ ਦੇਖ ਪਿੱਛੇ ਸਾਰੀ ਗੰਦੀ ਹੋਈ ਵੀ ਆ ਉਹ ਪਿੱਛੇ ਪਜਾਮਾ ਝਾੜ ਆਪਣਾ ਸੋ ਗਾਇਸ ਤਿਆਰੀ ਚੱਲ ਰਹੀ ਚਿਕਨ ਦੀ ਨਾਲ ਲੈਕਚਰ ਚੱਲ ਰਿਹਾ ਭਰਾ ਦੇ ਵੱਲੋਂ
ਹਾਂਜੀ ਪੈਸੇ ਪੂਸੇ ਨੀ ਤੈਨੂੰ ਬਣਾਉਣ ਵਾਸਤੇ? ਫਿਰ ਬੰਦਾ ਸਾਡੇ ਵਿੱਚ ਆ ਚੁੱਕਿਆ ਜਤਨ ਅਗਰਵਾਲ, ਆਪਾਂ ਮੈਰੀਟਨ ਹੋਟਲ ਮਿਲੇ ਸੀਗੇ ਜਿੱਦਾਂ ਆਪਾਂ ਵਲੌਗ ਨਹੀਂ ਪਾਇਆ ਸੀਗਾ। ਓ ਹਾਂ ਇਹਦੀ ਭਰਾਵਾ ਗੱਡੀ ਮੇਰੇ ਥੱਲੇ ਲਾਤੀ ਡਿਵਾਈਡਰ ਤੋਂ। ਓ ਮੇਰੇ ਲੋਲ ਬੰਦਾ ਫੁੱਦੂ ਡਰਾਈਵਰ, ਫੁੱਦੂ ਡਰਾਈਵਰ, ਫੁੱਦੂ ਡਰਾਈਵਰ। ਧਿਆਨ ਨਾਲ ਡੋਰ ਹੈਗੀ ਹੈ ਪੈਰ ਨਾਲ ਨਹੀਂ। ਓ ਤੁਹਾਡੇ ਵਾਸਤੇ ਗਿਫਟ ਲੈ ਗਏ ਆ ਤੁਹਾਡੇ ਵਾਸਤੇ ਇੱਕ। ਹਾਂਜੀ ਚਿਕਨ ਮੈਰੀਨੇਟ ਹੋ ਚੁੱਕਾ, ਹੁਣ ਮੈਰੀਨੇਸ਼ਨ ਕਰਕੇ ਇੰਡਕਸ਼ਨ ਤੇ ਪਾ ਪੂਗਾ, ਤੁਹਾਨੂੰ ਫਿਰ ਮਿਲਦੇ ਆ। ਗਿਆਵਾਂ ਪਤੰਗਾ ਪਤੰਗਾ ਵਧਾ ਕੇ ਆਰਾਮ ਨਾਲ ਬਹਿ ਕੇ ਚਿਕਨ ਚਿਕਨ ਖਾਵਾਂਗੇ, ਬਰਗਰ ਬੁਰਗਰ ਖਾਵਾਂਗੇ, ਫਿਰ ਆਪਾਂ ਕਾਰਿਆਕ੍ਰਮ ਆਪਣਾ ਕਰਾਂਗੇ ਸ਼ੁਰੂ। ਹਾਂਜੀ ਕਿੱਥੇ ਆ ਗਏ ਸੀ ਜ਼ੋਮੈਟੋ ਦਾ? ਚੱਕਿਆ ਨਹੀਂ ਇਹਨਾਂ ਨੇ ਹਲੇ। ਪ੍ਰੀਪੇਅਰਿੰਗ ਔਨ ਆਰਡਰ ਆ, ਪ੍ਰੀਪੇਅਰਿੰਗ ਯੋਰ ਆਰਡਰ, 4 ਮਿੰਟਾਂ ਚੱਕੂਗਾ। ਸਕੀਮ ਪਾ ਦਾਂਗੇ ਭਾਈ ਨਾਲ, ਸਕੀਮ ਜੇ ਸਕਸੈਸਫੁਲੀ ਤੁਹਾਨੂੰ ਵੀ ਦੱਸਾਂਗੇ ਕਿੱਦਾਂ ਪਾਈ ਦੀ ਸਕੀਮ। ਪਹਿਲ ਸਾਰਾ ਚਿਕਨ ਸਾਡਾ ਖਾਣ ਦਾ ਪਲਾਨ ਚੇਂਜ ਹੋ ਗਿਆ, ਹੁਣ ਸਾਰਾ ਓਰੀਓ ਖਾਈ। ਓਰੀਓ ਅਜਾ ਖੜਾ ਜਰਾ, ਓਰੀਓ ਇਹ ਕੀ ਜਾਗਦੀ ਉਧਰ? ਨੀ ਇਧਰ ਆ, ਇਧਰ ਆ, ਅਜਾ ਸਾਬਸ਼ ਅਲਾ ਪਾਣ ਲੱਗਾ ਮੈਂ ਸਾਰਾ ਮਾ ਲੋਲ। ਤੈਨੂੰ ਨਿੰਬੂ ਨਹੀਂ ਕੱਟਣਾ ਆਉਂਦਾ? ਉਹ ਗਾ ਉਹ ਗਲਤ ਕੱਟ ਹੋ ਗਏ ਨੀ ਇਹਨੂੰ ਮਿਰਚ ਕਵਾ ਦਈਏ, ਇੱਕ ਹੋਰ ਕੱਟਾਂਗਾ ਬਾਅਦ ਚ ਪਾਵਾਂਗੇ ਤੋ। ਦੇਖ ਦੇ ਕਿੱਡੇ ਭੋਲੇ ਬੰਨਾ ਪਈ ਹੈ, ਮਿਲਣਾ ਨਹੀਂ ਹੈਗਾ ਪਰ ਤੈਨੂੰ ਲੋਲ ਹੈਗਾ ਭੋਲੇ ਕੱਟਣਾ ਬੰਨੇ ਨਹੀਂ ਰਹੇ ਤੋ ਸੁਗਦੀ ਦੇ ਕਿੱਦਾਂ ਹੀ ਕੁੱਤੇ ਆਵਾਂਗੋ ਸੱਚ ਕੁੱਤੇ ਹੀ ਆ ਵੀ ਕੁੱਤੀਆ ਕੁੱਤੇ ਦੀ ਕੈਟਾਗਰੀ ਚ ਹੁੰਦੇ ਆ ਕੋਈ ਸ਼ੀਟ ਵਿੱਚ ਜਸਟ ਲਾਈਕ ਯੂ ਮੈਨ ਨਿੰਬੂ ਖਾ ਗਈ ਸ਼ਦਾਨ ਨਹੀਂ ਆ ਗਈ ਹੋਈ ਨਿੰਬੂ ਕੋਲ ਖਾਂਦਾ ਸੀ ਯਾਰ ਸਾਡੀ ਗੇੜੀ ਪੈ ਗਈ ਹੈ ਇੰਡਕਸ਼ਨ ਦੇਗਾ ਜਵਾਬ ਹੁਣ ਤੁਹਾਨੂੰ ਕੱਚਾ ਹੀ ਖਾਣਾ ਪੈਣਾ ਵਾ ਓਰੀਓ ਨੂੰ ਪਾਈਏ ਸਾਰਾ ਹੈਲੋ ਸਰ ਇਹ ਸਾਰਾ ਪੀਜ਼ਾ ਆਪਾਂ ਪੀਜ਼ਾ ਬਰਗਰ ਸਾਰੀਆਂ ਬੀਅਰਸ ਵਗੈਰਾ ਆਰਡਰ ਕਿੰਨੇ ਦਾ ਸੀਗਾ ਆਪਣਾ ਆਰਡਰ ਕਿੰਨੇ ਦਾ ਸੀਗਾ ਆਪਣਾ 1100 ਦਾ ਡਿਸਕਾਊਂਟ 700 ਰੁਪਏ ਡਿਸਕਾਊਂਟ 300 ਰੁਪਏ ਦਾ ਵਿਆਹ ਵਾ ਮਿੱਠੂ ਕਹਿੰਦਾ ਭਾਈ ਆਪਾਂ ਵੀ ਭਾਈ ਗਰੀਬ ਹੈਗੇ ਭਾਈ ਕਹਿੰਦਾ ਕਹਿੰਦਾ ਆਪਾਂ ਵੀ ਭਾਈ ਗੁੱਡੀਆਂ ਵੀ ਆਣੀਆਂ ਗੁੱਡੀਆਂ ਗਾਇਬ ਹੋ ਗਈਆਂ ਸਾਡੀਆਂ ਫਿਰ ਮਿਲਦੇ ਆ ਪਾਰਟੀ ਸ਼ਾਰਟੀ ਚੱਲ ਰਹੀ ਹੈ ਫਿਰ ਹਾਂਜੀ 300 ਰੁਪਏ ਦੀ ਪਾਰਟੀ ਚੱਲ ਰਹੀ ਹੈ ਮੈਂ ਬਲੂ ਵਾਲੀ ਮੰਗਾਈ ਸੀ ਆਪਣਾ ਫਾਇਦਾ ਕੋਈ ਠੇਕੇ ਲੈਣੀ ਹੈਗਾ ਠੇਕੇ ਲੈ ਗੱਲਾਂ ਨਾ ਕਰ ਕੈਨੇਡਾ ਦਾ ਝੰਡਾ ਉਡਾਤਾ ਦੋ ਕਟੂਆਂ ਨਾਲ ਉਹਦਾ ਸਾਹਮਣਾ ਭਰਾਵਾ ਇੱਜ਼ਤ ਲਾਜ ਰੱਖੀ ਮਾੜਾ ਜਿਹਾ ਉੱਪਰ ਜਾ ਕੇ ਬਣਾਈ ਬਣਾ ਲੈਂਦਾ
ਤੇ ਇਹਦੇ ਨਾਲ ਤਾਂ ਹੋਣੀ ਆ ਕਿਉਂਕਿ ਸ਼ੁਰੂਆਤ ਇੱਕ ਹੋਈ ਸੀਗੀ। ਕਿੰਨਾ ਕਿਤਾ ਲੱਗਿਆ ਇਹਦੇ? ਬਹੁਤ ਸਵਾਦ ਲੱਗਾ। ਬਹੁਤ ਪਾਪ ਤੈਨੂੰ ਕਿਤਾ ਲੱਗਾ? ਸਾਰਾ ਮੈਂ ਬਣਾਇਆ ਵਾ, ਵਧੀਆ ਬਣਿਆ ਹੋਊਗਾ। ਬੂਟਾ ਵਾ ਜਿਹੜਾ ਸ਼ਕਲੋ ਚੋਰ ਲੱਗਦਾ ਵਾ। ਹਾਂਜੀ ਉਹ ਦੇਖੀ ਚੂਹਾ ਚੂਹਾ ਬਾਹਰ ਆਈਆਂ ਹੋਈਆਂ। ਗਾਇਸ ਸ਼ਾਮ ਦੇ ਕਿੰਨੇ ਹੈਗੇ? 4 ਵਜੇ ਨਾ, 4 ਵਜੇ ਮੇਰੀ ਹੋ ਗਈ ਬੱਸ। ਦੋ ਵੀ ਬਰੋ ਖਤਮ ਹੀ ਆ, 5-6 ਗੱਟੂ ਸੀਗਾ, ਸਾਰੇ ਦੇ ਸਾਰੇ ਉਡਾਉਂਦੇ ਆ, ਬਟ ਹਲੇ ਵੀ 10-12 ਪੰਗਾਂ ਪਈਆਂ ਆਪਣੇ ਕੋਲ ਵੱਡੀਆਂ ਵੱਡੀਆਂ, ਹਲੇ ਟਾਰਗੇਟ ਉਹਨਾਂ ਨੂੰ ਵੀ ਵਧਾਉਣਾ ਹੈਗਾ ਵਾ। ਸੋ ਵਲੋਗ ਚੱਕ ਕੇ ਬਣੇ ਰਹੇ, ਉਹ ਕਰਦਾ ਕਿ ਵਲੋਗ ਤੁਹਾਨੂੰ ਪਸੰਦ ਆਉਂਦਾ ਹੋਊਗਾ, ਅਤੇ ਅੱਗੇ ਮਿਲਦੇ ਬਾਅਦ 2 ਇੱਕ ਤਾਂ ਸਟੈਚੂ ਸੀਗੇ, ਅੰਜੀਰ ਦੇਖੀ ਹੈ ਆਪਾਂ? ਦੇਖੀ ਅੰਜੀਰ ਸਾਡੇ ਘਰ ਦੇ ਲਿਆਂਦੇ ਨੇ ਯਾਰ, ਕੀ ਕਰੀਏ। ਦੇਖੋ ਗਾਇਸ ਜਿਵਾਂ ਦੇ ਚੀਰੇ, ਕਿੱਥੇ ਚੀਰੇ? ਹੱਥਾਂ ਦੇ ਚੈੱਕ ਦਿਸ ਆਊਟ ਬ੍ਰੋ, ਚੈੱਕ ਦਿਸ ਆਊਟ। ਇਹ ਸਭ ਤੋਂ ਜ਼ਿਆਦਾ ਬਣਾਈਆਂ ਨੇ ਤੇ ਉਹਨੇ ਆਪਣੇ ਹੱਥ ਖਾਈ ਜਰਾ ਇੱਕ ਸਭ ਤੋਂ ਵੱਡੇ ਚੀਰ ਦਿਖਾਵਾਂ, ਸਮਾਈਲ ਕਰਦਾ ਆਜਾ। ਕਾਲੂ ਦਿਖਦੇ ਨੀ ਪਿਆ ਥੱਲੇ ਆ ਕੇ? ਹਾਂਜੀ ਜਵਾਸ ਜੀ ਬੱਸ ਹੋ ਗਈ ਹੈ। ਸੋ ਗਾਇਸ ਵਲੌਗ ਕਰਦੇ ਇੱਥੇ ਐਂਡ, ਬਸੰਤ ਦਾ ਪ੍ਰੋਗਰਾਮ ਹੋ ਗਿਆ ਸਕਸੈਸਫੁਲ, ਤੇ ਇੱਦਾਂ ਤੁਹਾਨੂੰ ਮਿਲਦਾ ਕਿਸੇ ਨੈਕਸਟ ਵਲੌਗ 'ਚ। ਜੇ ਵਲੌਗ ਪਸੰਦ ਆਊਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ।